ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਟਰੈਵਲ ਵਰਲਡ ਚੈਨਲ 'ਤੇ। ਜਿੱਦਾਂ ਕਿ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ, ਆਪਾਂ ਹੁਸ਼ਿਆਰਪੁਰ ਤੋਂ ਕਾਜ਼ਾ ਜਾ ਰਹੇ ਸੀ ਅਤੇ ਰਸਤੇ ਦੇ ਵਿੱਚ ਆਪਾਂ ਸ਼ਿਮਲਾ ਇੱਕ ਰਾਤ ਸਟੇ ਕੀਤੀ। ਹੁਣ ਆਪਾਂ ਦੁਬਾਰਾ ਕਾਜ਼ਾ ਦੇ ਲਈ ਰਵਾਨਾ ਹੋ ਚੁੱਕੇ ਹਾਂ ਅਤੇ ਰਸਤੇ ਵਿੱਚ ਆਪਾਂ ਜਾਂਦੇ ਜਾਂਦੇ ਕੁਝ ਹੋਰ ਵੀ ਲੋਕੇਸ਼ਨਸ ਕਵਰ ਕਰਦੇ ਜਾਵਾਂਗੇ। ਸੋ ਬਣੇ ਰਹੋ ਵੀਡੀਓ ਦੇ ਨਾਲ, ਤੁਹਾਨੂੰ ਲੈ ਚੱਲਦੇ ਹਾਂ। ਹੁਣ ਆਪਾਂ ਸ਼ਿਮਲੇ ਤੋਂ ਕੁਫਰੀ ਨਾਰਕੰਡਾ ਸਾਈਡ ਜਾ ਰਹੇ ਹਾਂ। ਸ਼ਿਮਲੇ ਤੋਂ ਨਾਰਕੰਡਾ 60 ਕਿਲੋਮੀਟਰ ਦੀ ਦੂਰੀ 'ਤੇ ਹੈ। लो जी, एक घंटा चलण तो बाद हुण आपां ब्रेकफास्ट करने दे लई रस्ते विच रुके। ये ढाबा बहुत ही वधिया लोकेशन दे उत्ते स्थित है, जिथे असी कुछ टाइम रुके ते ब्रेकफास्ट किया। ਅਸੀਂ ਬ੍ਰੇਕਫਾਸਟ ਕਰ ਰਹੇ ਸੀ ਤਾਂ ਉਹਨਾਂ ਨੇ ਸਾਨੂੰ ਦੱਸਿਆ ਕਿ ਤੁਸੀਂ ਰਸਤੇ ਦੇ ਵਿੱਚ ਹਾਟੂ ਮੰਦਿਰ ਦੇ ਵੀ ਦਰਸ਼ਨ ਕਰ ਸਕਦੇ ਹਾਂ, ਜਿਸ ਦੀ ਕਿ ਉਚਾਈ 11,000 ਫਿੱਟ ਉੱਚੀ ਹੈ। ਇਹ ਰਸਤਾ ਵੈਸੇ ਤਾਂ 6 ਕਿਲੋਮੀਟਰ ਦਾ ਹੈ, ਪਰ ਉਚਾਈ ਜ਼ਿਆਦਾ ਹੋਣ ਕਰਕੇ ਅਤੇ ਰਸਤਾ ਸਿੰਗਲ ਹੋਣ ਕਰਕੇ ਤੁਹਾਨੂੰ ਉੱਪਰ ਜਾਣ ਨੂੰ ਅੱਧੇ ਘੰਟੇ ਤੋਂ ਵੱਧ ਸਮਾਂ ਲੱਗ ਸਕਦਾ ਹੈ। ਇੱਥੋਂ ਮੰਦਿਰ ਜਾਣ ਲਈ ਤੁਸੀਂ ਕੈਬ ਵੀ ਬੁੱਕ ਕਰ ਸਕਦੇ ਹਾਂ, ਜੋ ਕਿ 800 ਰੁਪਏ ਵਿੱਚ ਅਸੀਂ ਕੀਤੀ ਸੀ। ਤੁਸੀਂ ਵੈਸੇ ਆਪਣਾ ਵਹੀਕਲ ਵੀ ਲਿਆ ਸਕਦੇ ਹਾਂ, ਜਿੱਦਾਂ ਕਿ ਅਸੀਂ ਲੈ ਕੇ ਜਾ ਰਹੇ ਸੀ, ਪਰ ਅਸੀਂ ਆਪਣੀ ਗੱਡੀ ਰਸਤੇ ਵਿੱਚੋਂ ਹੀ ਵਾਪਸ ਲਏ ਅਤੇ ਸਾਡਾ ਐਕਸਪੀਰੀਅੰਸ ਇਹ ਕਹਿ ਰਿਹਾ ਕਿ ਤੁਸੀਂ ਕੈਬ ਬੁੱਕ ਕਰ ਲੂੰਗੇ ਤਾਂ ਜ਼ਿਆਦਾ ਵਧੀਆ ਰਹੇਗਾ। ਇਹ ਵੀ ਕਹਿ ਰਹੇ ਸੀ ਕਿ ਉੱਪਰ ਮੌਸਮ ਇੰਨੀ ਛੇਤੀ ਬਦਲ ਜਾਂਦਾ ਹੈ ਅਤੇ ਖਰਾਬ ਮੌਸਮ ਦੇ ਵਿੱਚ ਗੱਡੀ ਚਲਾਉਣੀ ਜਿਹੜੀ ਹੋਰ ਵੀ ਔਖੀ ਹੁੰਦੀ ਹੈ, ਕਿਉਂਕਿ ਇੱਥੇ ਦੇ ਲੋਕਲ ਜਿਹੜੇ ਬੰਦੇ ਆ ਉਹਨਾਂ ਨੂੰ ਇੱਥੇ ਚਲਾਉਣ ਦਾ ਐਕਸਪੀਰੀਅੰਸ ਹੈ, ਕਿਉਂਕਿ ਉਹ ਇੱਕ ਦਿਨ ਦੇ ਵਿੱਚ 3 ਤੋਂ 4 ਵਾਰ ਅਪ ਡਾਊਨ ਕਰ ਲੈਂਦੇ ਆ। ਲਓ ਜੀ, ਉਹੀ ਗੱਲ ਹੋਈ ਜੋ ਉਹਨਾਂ ਨੇ ਕਿਹਾ ਸੀ ਕਿ ਇੱਥੇ ਮੌਸਮ ਜਿਹੜਾ ਆ ਇਕਦਮ ਬਦਲ ਜਾਂਦਾ ਆ। ਅਸੀਂ ਹਾਲੇ ਅੱਧਾ ਰਸਤਾ ਕ੍ਰੋਸ ਹੀ ਕੀਤਾ ਸੀ ਕਿ ਬੂੰਦਾਬਾਂਦੀ ਸਟਾਰਟ ਹੋ ਗਈ। ਇੱਥੇ ਬਾਰਿਸ਼ ਇਕਦਮ ਇੰਨੀ ਜ਼ਿਆਦਾ ਤੇਜ਼ ਹੋ ਗਈ ਕਿ ਰਸਤੇ ਵਿੱਚ ਗੱਡੀਆਂ ਜਿਹੜੀਆਂ ਆ ਉਹ ਸਟੱਕ ਹੋ ਗਈਆਂ ਅਤੇ ਸਾਨੂੰ ਇੱਥੇ ਜਾਮ ਵਿੱਚ ਹੀ 2 ਘੰਟੇ ਲੱਗ ਗਏ। ਲੋ ਤੁਸੀਂ ਦੇਖ ਸਕਦੇ ਹਾਂ ਕਿੰਨੀ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਪਰ ਅਸੀਂ ਬਾਰਿਸ਼ ਦੇ ਨਜ਼ਾਰੇ ਵੀ ਫੁੱਲ ਲਏ ਇੱਥੇ। ਫਿਰ ਫਾਈਨਲੀ ਜਾਮ ਹਟਿਆ
ਅਤੇ ਗੱਡੀਆਂ ਤੁਰਨੀਆਂ ਸਟਾਰਟ ਹੋਈਆਂ। ਸੋ ਫਾਈਨਲੀ ਅਸੀਂ ਹਾਟੂ ਮੰਦਰ ਪਹੁੰਚ ਗਏ। ਇੱਥੇ ਵੀ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੋ ਰਹੀ ਸੀ ਜਿਸ ਦੇ ਕਾਰਨ ਆਪਾਂ ਜ਼ਿਆਦਾ ਵੀਡੀਓ ਨਹੀਂ ਬਣਾ ਸਕੇ, ਪਰ ਹਾਟੂ ਮੰਦਰ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਬਣਿਆ ਹੋਇਆ ਹੈ ਅਤੇ ਦੇਖਣ ਨੂੰ ਵੀ ਇਹ ਬਹੁਤ ਹੀ ਸੁੰਦਰ ਹੈ। ਸੋ ਅਗਰ ਤੁਸੀਂ ਵੀ ਨਾਰਕੰਡਾ ਆਏ ਹੋ ਤਾਂ ਇੱਕ ਵਾਰ ਜ਼ਰੂਰ ਇੱਥੇ ਆਓ। ਸੋ ਇਸ ਵੀਡੀਓ ਦੇ ਵਿੱਚ ਇੰਨਾ ਹੀ, ਅੱਗੇ ਦੀ ਜਰਨੀ ਤੁਹਾਨੂੰ ਆਪਾਂ ਨੈਕਸਟ ਪਾਰਟ ਦੇ ਵਿੱਚ ਦਿਖਾਵਾਂਗੇ। ਉਦੋਂ ਤੱਕ ਧੰਨਵਾਦ।